ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏ ਬੀ ਫੂਡ ਮੈਜਿਕ 'ਚ। ਅੱਜ ਆਪਣੇ ਕਿਚਨ 'ਚ ਬਣਾਉਣ ਜਾ ਰਹੇ ਹਾਂ ਅਸੀਂ ਮੂੰਗ ਦੀ ਦਾਲ ਦੇ ਮੰਗੌੜੇ। ਇਹਦੇ ਵਾਸਤੇ ਅਸੀਂ ਲਿੱਤੀ ਹੈ ਤਰੇ ਪਾ ਦਾਲ, ਇਹ ਦਲੀ ਮੂੰਗ ਦੀ ਦਾਲ ਹੈ। ਇਹਨੂੰ ਅਸੀਂ ਰਾਤ ਭਰ ਪਾਣੀ 'ਚ ਭਿਗੋ ਦਿੱਤਾ ਹੈ। ਇਹਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਔਰ ਇਹਦੇ ਛਿਲਕੇ ਜਿਹੜੇ ਨਿਕਲਾਂਗੇ ਧੋਨੇ ਦੇ ਨਾਲ, ਇਹਨੂੰ ਵੀ ਅਸੀਂ ਹਟਾ ਦਾਂਗੇ। ਪੂਰੇ ਛਿਲਕੇ ਦਾਲ ਦੇ ਨਹੀਂ ਹਟਾਉਣੇ ਨੇ, ਅਸੀਂ ਅੱਧੇ ਤੋਂ ਜ਼ਿਆਦਾ ਛਿਲਕੇ ਹਟਾ ਦਿੱਤੇ ਨੇ ਔਰ ਦਾਲ ਚੰਗੀ ਤਰ੍ਹਾਂ 4-5 ਪਾਏ ਨਾਲ ਅਸੀਂ ਧੋ ਲਿੱਤੀ ਹੈ। ਦਾਲ ਨੂੰ ਪਾਉਂਗੇ ਮਿਕਸੀ ਦੇ ਪੋਟ 'ਚ ਔਰ ਇਹਨੂੰ ਪੀਸ ਲਾਂਗੇ। ਇਹਨੂੰ ਬਿਲਕੁਲ ਤੋਂ ਮਹੀਨ ਨਹੀਂ ਕਰਨਾ, ਥੋੜ੍ਹਾ ਦਰਦਰਾ ਹੀ ਰੱਖਣਾ। ਦਾਲ ਨੂੰ ਅਸੀਂ ਮਿਕਸੀ ਦੇ ਪੋਟ 'ਚ ਪਾਉਂਗੇ ਔਰ ਇਹਨੂੰ ਪੀਸ ਲਾਂਗੇ। ਪੀਸਦੇ ਟਾਈਮ ਇਹਦੇ 'ਚ ਅਸੀਂ ਪਾਣੀ ਯੂਜ਼ ਨਹੀਂ ਕਰਨਾ, ਇਹਨੂੰ ਬਿਨਾਂ ਪਾਣੀ ਦੇ ਹੀ ਪੀਸਣਾ ਹੈ। ਦਾਲ ਸਾਰੀ ਥੋੜ੍ਹੀ ਥੋੜ੍ਹੀ ਕਰਕੇ ਅਸੀਂ ਪੀਸ ਲਿੱਤੀ ਹੈ। ਹੁਣ ਇੱਥੇ ਅਸੀਂ ਲਿੱਤਾ ਹੈ ਹਰਾ ਪਿਆਜ਼। ਹਰੇ ਪਿਆਜ਼ ਦੇ ਅਸੀਂ ਪੱਤੇ ਵੀ ਯੂਜ਼ ਕਰਾਂਗੇ ਔਰ ਪਿਆਜ਼ ਵੀ ਇਹਨੂੰ ਅਸੀਂ ਮੋਟਾ ਮੋਟਾ ਕੱਟ ਲਾਂਗੇ। ਪਾਲਕ ਲਿੱਤੀ ਹੈ 200 ਗ੍ਰਾਮ, ਇਹਨੂੰ ਵੀ ਅਸੀਂ ਧੋ ਕੇ ਮੋਟਾ ਮੋਟਾ ਕੱਟ ਲੈਣਾ। ਇਹਨੂੰ ਵੀ ਇੱਕ ਸਾਈਡ ਰੱਖ ਦਾਂਗੇ। ਉਨ ਦੋ ਪਿਆਜ਼ ਲਾਂਗੇ, ਇਹਨੂੰ ਵੀ ਅਸੀਂ ਮੋਟਾ ਮੋਟਾ ਕੱਟ ਲੈਣਾ। ਮੂੰਗ ਦੀ ਦਾਲ ਦੇ ਮੰਗੌੜੇ ਯੂਪੀ ਸਾਈਡ, MP ਸਾਈਡ ਲੋਹੜੀ ਦੇ ਟਾਈਮ, ਮਕਰ ਸੰਕ੍ਰਾਂਤੀ ਦੇ ਟਾਈਮ ਬੜੇ ਹੀ ਬਣਾਏ ਜਾਂਦੇ ਨੇ ਔਰ ਬੜੇ ਹੀ ਸਵਾਦ ਬਣਦੇ ਨੇ। ਅਸੀਂ ਇੱਥੇ ਲਾਂਗੇ ਅਦਰਕ, ਹਰੀ ਮਿਰਚ। ਅਗਰ ਤੁਸੀਂ ਤਿੱਖਾ ਜ਼ਿਆਦਾ ਖਾਂਦੇ ਹੋ ਤਾਂ 3-4 ਹਰੀ ਮਿਰਚਾਂ ਵੀ ਪਾ ਸਕਦੇ ਹੋ ਔਰ ਥੋੜ੍ਹਾ ਸਾ ਸੁੱਕਾ ਧਨੀਆ। ਇਹਨੂੰ ਅਸੀਂ ਦਰਦਰਾ ਕੁੱਟ ਲੈਣਾ। ਸਾਰੀ ਸਬਜ਼ੀਆਂ ਕੱਟ ਪਿੱਟ ਗਈਆਂ ਨੇ, ਅੱਧਾ ਕੰਮ ਅਸੀਂ ਨਿਬੇੜ ਲਿੱਤਾ। ਹੁਣ ਅਸੀਂ ਕੜਾਹੀ ਧਰਾਂਗੇ, ਉਹਦੇ 'ਚ ਤੇਲ ਪਾਵਾਂਗੇ। ਤੇਲ ਜਦ ਤੱਕ ਗਰਮ ਹੋ ਰਿਹਾ ਤਾਂ ਦਾਲ 'ਚ ਅਸੀਂ ਸਬਜ਼ੀਆਂ ਮਿਕਸ ਕਰ ਲਾਂਗੇ। ਸਾਰੀ ਦਾਲ 'ਚ ਖੱਟੀਆਂ ਸਬਜ਼ੀਆਂ ਮਿਕਸ ਨਹੀਂ ਕਰਾਂਗੇ, ਅਸੀਂ ਜਿੰਨੀ ਦਾਲ ਦੇ ਮੰਗੌੜੇ ਉਨੀ ਬਣਾਉਣੇ ਨੇ, ਉਨੀ ਹੀ ਦਾਲ 'ਚ ਸਬਜ਼ੀਆਂ ਯੂਜ਼ ਕਰਾਂਗੇ। ਇਹਦੇ 'ਚ ਦਾਲ ਲਿੱਤੀ ਹੈ, ਸਾਰੀ ਸਬਜ਼ੀਆਂ ਥੋੜ੍ਹੀ ਥੋੜ੍ਹੀ ਪਾ ਦਾਂਗੇ ਜਿਹੜੀ ਵੀ ਅਸੀਂ ਕੱਟੀਆਂ ਨੇ। ਇਹਦੇ ਨਾਲ ਹੀ ਇਹਦੇ 'ਚ ਪਾਵਾਂਗੇ ਥੋੜ੍ਹੇ ਸੇ ਹਰੇ ਮਟਰ ਔਰ ਮਸਾਲੇ 'ਚ ਪਾਵਾਂਗੇ ਅਸੀਂ ਨਮਕ। ਨਮਕ ਇੱਕ ਆਪਣੇ ਸਵਾਦ ਦੇ ਅਕੋਰਡਿੰਗ ਤੁਸੀਂ ਪਾ ਲਓ। ਇਹਦੇ ਨਾਲ ਹੀ ਇਹਦੇ 'ਚ ਪਾਵਾਂਗੇ 1-1.5 ਚਮਚ ਬੇਸਣ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹਨੂੰ ਫੈਂਟਦੇ ਹੋਏ ਮਿਕਸ ਕਰਾਂਗੇ 4-5 ਮਿੰਟ ਤੱਕ। ਦਾਲ ਸਾਡੀ ਮਿਕਸ ਹੋ ਗਈ ਹੈ, ਹੁਣ ਤੇਲ ਵੀ ਗਰਮ ਹੋ ਗਿਆ। ਗੈਸ ਨੂੰ ਸਿਮ ਕਰ ਦਾਂਗੇ ਔਰ ਇਹਦੇ 'ਚ ਅਸੀਂ ਜਿਵੇਂ ਪਕੌੜੇ ਪਾਉਂਦੇ ਹਾਂ ਸੇਮ ਉਸੇ ਤਰੀਕੇ ਨਾਲ ਇਹਦੇ ਅਸੀਂ ਮੰਗੌੜੇ ਛੋਟੇ ਛੋਟੇ ਪਾ ਲਾਂਗੇ। ਮੰਗੌੜੇ ਜਦ ਇੱਕ ਸਾਈਡ ਤੋਂ ਬਰਾਊਨ ਹੋ ਜਾਣ, ਇਹਨੂੰ ਵਿੱਚੋਂ ਹਿਲਾਉਣਾ ਨਹੀਂ ਹੈ ਕਿਉਂਕਿ ਇਹ ਦਾਲ ਦੇ ਨੇ ਔਰ ਸੌਫਟ ਨੇ ਅਤੇ ਟੁੱਟ ਸਕਦੇ ਨੇ। ਜਦ ਇੱਕ ਸਾਈਡ ਤੋਂ ਬਰਾਊਨ ਹੋ ਜਾਣ ਤਾਂ ਇਹਨੂੰ ਦੂਜੀ ਸਾਈਡ ਵੀ ਪਲਟ ਦਾਂਗੇ ਔਰ ਗੈਸ ਨੂੰ ਸਿਮ ਤੋਂ ਮੀਡੀਅਮ ਹੀ ਰੱਖਣਾ, ਨਹੀਂ ਤਾਂ ਮੰਗੌੜੇ ਅੰਦਰ ਤੋਂ ਕੱਚੇ ਰਹਿ ਜਾਣਗੇ। ਮੰਗੌੜੇ ਤਲ ਗਏ ਨੇ, ਹੁਣ ਅਸੀਂ ਇਹਨੂੰ ਨਿਕਾਲ ਲਾਂਗੇ ਟਿਸ਼ੂ ਪੇਪਰ ਦੇ ਉੱਪਰ। ਇਹਦੇ ਬਾਅਦ ਅਸੀਂ ਇਹਦੇ 'ਚ ਦੂਸਰੇ ਮੰਗੌੜੇ ਦਾ ਪਰਾਗਾ ਪਾ ਦਾਂਗੇ। ਤਿਆਰ ਹੋ ਗਏ ਨੇ ਮੰਗੌੜੇ, ਹੁਣ ਅਸੀਂ ਚਟਨੀ ਪੀਸਾਂਗੇ। ਇੱਥੇ ਲਿੱਤਾ ਅਸੀਂ ਧਨੀਆ, ਥੋੜ੍ਹਾ ਸਾ ਪੁਦੀਨਾ, ਥੋੜ੍ਹਾ ਸਾ ਪਾਵਾਂਗੇ ਇਹਦੇ 'ਚ ਕਾਲਾ ਨਮਕ ਔਰ ਥੋੜ੍ਹਾ ਸਾ ਪਾਵਾਂਗੇ ਜੀਰਾ ਪਾਊਡਰ। ਇਹਦੇ 'ਚ ਪਾਵਾਂਗੇ ਅਸੀਂ 4-5 ਹਰੀ ਮਿਰਚਾਂ, ਥੋੜ੍ਹੀ ਸੀ ਅਦਰਕ ਔਰ 1-1.5 ਚਮਚ ਦਹੀਂ। ਅੱਧਾ ਨਿੰਬੂ ਨਿਚੋੜਾਂਗੇ ਇਹਦੇ 'ਚ ਔਰ ਇਹਨੂੰ ਪੀਸ ਲਾਂਗੇ ਮਿਕਸੀ 'ਚ ਬਿਲਕੁਲ ਬਾਰੀਕ। ਤਿਆਰ ਹੋ ਗਈ ਹੈ ਸਾਡੀ ਹਰੀ ਚਟਨੀ, ਇਹਨੂੰ ਨਿਕਾਲ ਲਾਂਗੇ। ਇਹਨੂੰ ਇੱਕ ਸਾਈਡ ਰੱਖਾਂਗੇ, ਹੁਣ ਅਸੀਂ ਬਣਾਉਂਗੇ ਮਿੱਠੀ ਚਟਨੀ। ਮਿੱਠੀ ਚਟਨੀ ਬਣਾਉਣ ਵਾਸਤੇ ਅਸੀਂ ਲਾਂਗੇ 1 ਕਟੋਰੀ, ਉਹਦੇ 'ਚ ਪਾਵਾਂਗੇ 3-4 ਚਮਚ ਅਮਚੂਰ ਪਾਊਡਰ। ਇਹਦੇ 'ਚ ਪਾਵਾਂਗੇ ਅਸੀਂ 1/2 ਚਮਚ ਕਾਲਾ ਨਮਕ, ਤੁਸੀਂ ਚਾਹੋ ਤਾਂ ਇੱਥੇ ਸਫੇਦ ਨਮਕ ਦਾ ਵੀ ਯੂਜ਼ ਕਰ ਸਕਦੇ ਹੋ। ਥੋੜ੍ਹੀ ਸੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਇਹਦੇ 'ਚ ਪਾਵਾਂਗੇ ਅਸੀਂ ਥੋੜ੍ਹਾ ਸਾ ਸੁੱਕਾ ਧਨੀਆ ਔਰ ਥੋੜ੍ਹਾ ਸਾ ਜੀਰਾ ਪਾਊਡਰ। ਇਹਦੇ 'ਚ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਇਹਦਾ ਪੇਸਟ ਬਣਾ ਕੇ ਰੇਡੀ ਕਰ ਲੈਣਾ ਅਸੀਂ। ਅਸੀਂ ਇੱਥੇ ਹੁਣੀ ਪਾ ਰਹੇ ਹਾਂ 1 ਛੋਟਾ ਕੱਪ ਪਾਣੀ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਿ ਇਹਦੇ 'ਚ ਗੁਠਲੀਆਂ ਨਾ ਰਹਿਣ। ਉਹਨੇ ਇੱਕ ਪੈਨ ਰੱਖਾਂਗੇ, ਉਹਦੇ 'ਚ ਪਾਵਾਂਗੇ 2 ਚਮਚ ਤੇਲ। ਤੇਲ ਜਦ ਚੰਗੇ ਸੇ ਗਰਮ ਹੋ ਜਾਏ ਤਾਂ ਇਹਦੇ 'ਚ ਪਾਵਾਂਗੇ 8-10 ਦਾਣੇ ਜੀਰੇ ਦੇ, ਥੋੜ੍ਹਾ ਸਾ ਸੌਂਫ ਔਰ ਇਹਨੂੰ ਚੰਗੀ ਤਰ੍ਹਾਂ ਗਰਮ ਹੋ ਜਾਣ ਦਾਂਗੇ। ਨਾਲ ਹੀ ਇਹਦੇ 'ਚ ਪਾ ਦਾਂਗੇ ਪੇਸਟ ਜਿਹੜਾ ਅਸੀਂ ਬਣਾ ਕੇ ਰੇਡੀ ਕੀਤਾ ਸੀ ਔਰ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ। ਇਹਦੇ 'ਚ ਪਾ ਦਾਂਗੇ ਹੁਣ ਅਸੀਂ 1 ਕਟੋਰੀ ਪਾਣੀ। ਪਾਣੀ 'ਚ ਜਦ ਚੰਗੀ ਤਰ੍ਹਾਂ ਉਬਾਲਾ ਆ ਜਾਏ ਤਾਂ ਇਹਦੇ 'ਚ ਅਸੀਂ ਪਾ ਦਾਂਗੇ ਗੁੜ। ਇੱਥੇ ਅਸੀਂ ਗੁੜ ਦਾ ਯੂਜ਼ ਕਰ ਰਹੇ ਹਾਂ, ਤੁਸੀਂ ਚਾਹੋ ਤਾਂ ਇੱਥੇ ਚੀਨੀ ਵੀ ਪਾ ਸਕਦੇ ਹੋ। ਗੁੜ ਨੂੰ ਵੀ ਅਸੀਂ ਚੰਗੀ ਤਰ੍ਹਾਂ ਪਿਘਲਾ ਲਾਂਗੇ ਔਰ ਇਹਦੇ 'ਚ ਪਾ ਦਾਂਗੇ ਹੁਣ ਥੋੜ੍ਹਾ ਸਾ ਸੌਂਠ ਪਾਊਡਰ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜਦ ਇਹ ਥੋੜ੍ਹਾ ਗਾੜਾ ਹੋ ਜਾਏ ਤਾਂ ਇਹਨੂੰ ਗੈਸ ਨੂੰ ਬੰਦ ਕਰ ਦਾਂਗੇ। ਤਿਆਰ ਹੋ ਜਾਏਗੀ ਸਾਡੀ ਮਿੱਠੀ ਚਟਨੀ, ਜੋ ਚਾਟ ਦੇ ਨਾਲ ਵੀ ਅਸੀਂ ਖਾ ਸਕਦੇ ਹਾਂ ਜਾਂ ਫਿਰ ਬਣਾ ਕੇ ਵੀ ਰੱਖ ਸਕਦੇ ਹਾਂ। ਇਹ 5-6 ਦਿਨ ਆਸਾਨੀ ਨਾਲ ਚੱਲ ਜਾਂਦੀ ਹੈ। ਹੁਣ ਮੰਗੌੜੇ ਵੀ ਰੇਡੀ ਨੇ, ਚਟਨੀਆਂ ਵੀ ਰੇਡੀ ਨੇ, ਇਹਨੂੰ ਸਰਵ ਕਰ ਲਾਂਗੇ। ਤਿਆਰ ਨੇ ਸਾਡੇ ਗਰਮਾ ਗਰਮ ਮੰਗੌੜੇ।
और चटनियाँ इनू बनाओ और खाओ। तुसी अगर वीडियो चंगा लग्या होए तो वीडियो नू लाइक करो, अगर तुसी चैनल नू हले तक सब्सक्राइब नहीं किया सब्सक्राइब करना ना भूलो।